ਸ਼ਿਕਾ ਸੰਧੀ ਰਿਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਾੜੀ ਜਦੋਂ ਵਿਆਹ ਕੇ ਆਉਂਦੀ ਹੈ ਉਸ ਤੋਂ ਬਾਅਦ ਲਾੜੇ ਤੋਂ ਹੱਥ ਛਡਵਾਉਂਦੀ ਹੈ ਤੇ ਉਸ ਦੇ ਉੱਤੇ ਖਿੱਚ ਕੇ ਪੈਂਦੀ ਹੈ ਇਸ ਦੇ ਵਿੱਚ ਹੁਣ ਲਾੜਾ ਤੇ ਲਾੜੀ ਦਾ ਛਡਵਾਇਆ ਹੋ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਸਟੇਸ਼ਨ ਜਾਂਦੇ ਨੇ ਤੇ 1 ਲੱਖ ਰੁਪਏ ਦੇ ਵਿੱਚ ਗੱਲ ਫਾਈਨਲ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਲਾੜੇ ਦੇ ਵੱਲੋਂ ਨਵਾਂ ਵਿਆਹ ਕਰਵਾ ਲਿਆ ਗਿਆ ਤੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਤੁਹਾਨੂੰ ਵਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਖੁਸ਼ੀ-ਖੁਸ਼ੀ ਇਹ ਨਵਾਂ ਵਿਆਹ ਕਰਵਾਇਆ ਜਾਂਦਾ ਤਾਂ ਦੱਸ ਦਿਓ ਕਿ ਕੁੜੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀ ਕਿ ਜਿਸ ਗੱਡੀ ਦੇ ਵਿੱਚ ਉਸ ਨੂੰ ਵਿਆਹ ਕੇ ਲਿਆਏ ਸੀ ਤੇ ਪੈਲੇਸ ਦੇ ਬਾਹਰ ਖੜੇ ਹੋ ਕੇ ਜਿੱਥੇ ਸਾਰਾ ਤਮਾਸ਼ਾ ਹੋਇਆ ਸੀ ਉੱਥੇ ਕੁੜੀ ਨੇ ਕਿਹਾ ਕਿ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ ਤੇ ਉੱਥੋਂ ਉਸ ਤੋਂ ਬਾਅਦ ਇਹ ਪੂਰਾ ਕਲੇਸ਼ ਸ਼ੁਰੂ ਹੁੰਦਾ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿੱਥੇ ਕੁੜੀ ਦੇ ਵੱਲੋਂ ਹੱਥ ਲਾੜੇ ਤੋਂ ਛੁੜਵਾਇਆ ਜਾਂਦਾ ਤੇ ਉਸ ਤੋਂ ਬਾਅਦ ਇਕਲੇਸ਼ ਵੱਧ ਹੈ ਜਿਸ ਤੋਂ ਬਾਅਦ ਜੋ ਲਾੜਾ ਉਸ ਵਕਤ ਉੱਥੇ ਮੌਜੂਦ ਹੁੰਦਾ ਉਸ ਦੀ ਮਾਂ ਬੇਹੋਸ਼ ਹੋ ਜਾਂਦੀ ਹੈ ਉਹਨਾਂ ਦਾ ਬੀਪੀ ਡਾਊਨ ਹੁੰਦਾ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਇਸੇ ਦੇ ਵਿਚਕਾਰ ਮੁੰਡੇ ਦੇ ਵੱਲੋਂ ਇਸ ਪੂਰੇ ਵਿਆਹ ਨੂੰ ਖਾਰਜ ਕਰਨ ਦੇ ਲਈ ਪੁਲਿਸ ਸਟੇਸ਼ਨ ਤੇ ਵਿੱਚ ਜਾ ਕੇ ਅਪੀਲ ਕਰਵਾਈ ਜਾਂਦੀ ਹੈ ਜਿੱਥੇ ਲਾੜੀ ਦੇਵੀ ਪਰਿਵਾਰਕ ਮੈਂਬਰ ਸੱਦੇ ਜਾਂਦੇ ਨੇ ਤੇ ਉਸ ਤੋਂ ਬਾਅਦ ਲਾੜੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਮੈਂ ਇਸ ਵਿਆਹ ਦੇ ਵਿੱਚ ਨਹੀਂ ਰਹਿਣਾ ਹੈ ਤੇ ਦੂਜੇ ਪਾਸੇ ਲਾੜਾ ਵੀ ਇਹੀ ਗੱਲ ਲੱਗਦਾ ਹੈ ਦੋਮੇ ਦਾ ਛੱਡ ਛਡਵਾਇਆ ਪੁਲਿਸ ਸਟੇਸ਼ਨ ਦੇ ਵਿੱਚ ਕਰਵਾਇਆ ਜਾਂਦਾ ਇੱਕ ਲੱਖ ਦੇ ਵਿੱਚ ਗੱਲ ਫਾਈਨਲ ਕੀਤੀ ਜਾਂਦੀ ਹੈ ਕੁੜੀ ਵਾਲੇ 1 ਲੱਖ ਦੀ ਮੰਗ ਕਰਦੇ ਨੇ ਉਹਨਾਂ ਨੂੰ 1 ਲੱਖ ਰੁਪਇਆ ਮੁੰਡੇ ਵਾਲੇ ਦੇ ਵੱਲੋਂ ਬਕਾਇਦਾ ਦਿੱਤਾ ਜਾਂਦਾ ਹੈ ਇਸ ਵਿਆਹ ਨੂੰ ਖਾਰਜ ਕਰਨ ਦੇ ਲਈ ਜਿਸ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਮੁੰਡੇ ਦਾ ਨਵਾਂ ਵਿਆਹ ਕਰਵਾ ਦਿੱਤਾ ਜਾਂਦਾ ਹੈ ਤੇ ਜਗਪ੍ਰੀਤ ਇਸ ਮੁੰਡੇ ਦਾ ਨਾਮ ਸੀ ਜਿਸ ਦੀ ਵੀਡੀਓ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖ ਰਹੇ ਹੋਵੋਗੇ ਤੇ ਹੁਣ ਉਸ ਦੇ ਨਵੇਂ ਵਿਆਹ ਦੀ ਇਹ ਵੀਡੀਓ ਹੈ ਤਾਂ ਉਹ ਜਦੋਂ ਪੱਤਰਕਾਰਾਂ ਦੇ ਵੱਲੋਂ ਉਸਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਇਸ ਵਿਆਹ ਤੋਂ ਬਹੁਤ ਖੁਸ਼ ਹਾਂ ਤੇ ਮੇਰੇ ਪਰਿਵਾਰਕ ਮੈਂਬਰ ਵੀ ਤੇ ਮੇਰੀ ਮਾਂ ਬਹੁਤ ਹੀ ਇਸ ਵਿਆਹ ਤੋਂ ਖੁਸ਼ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਮੁੰਡੇ ਦਾ ਜਿਸ ਦੇ ਨਾਲ ਵਿਆਹ ਹੋਇਆ ਜਿਸ ਕੁੜੀ ਦੇ ਨਾਲ ਵਿਆਹ ਹੋਇਆ ਉਸਦੇ ਸਾਲੇ ਦੀ ਹੀ ਫਰਾ ਦੇ ਸਾਲੀ ਹੀ ਦੱਸੀ ਜਾ ਰਹੀ ਹੈ ਤਾਂ ਇਹ ਵੀਡੀਓ ਜੋ ਤੁਸੀਂ ਹੁਣ ਵੇਖ ਰਹੇ ਹੋ ਉਸਦੇ ਨਵੇਂ ਵਿਆਹ ਦੀ ਦੱਸੀ ਜਾ ਰਹੀ ਹੈ ਮੁੰਡੇ ਦਾ ਨਾਮ ਜਗਪ੍ਰੀਤ ਸਿੰਘ ਹੈ ਤੇ ਉਸ ਦਾ ਹੁਣ ਨਵਾਂ ਵਿਆਹ ਹੋ ਗਿਆ ਜਿਸ ਤੋਂ ਬਾਅਦ ਉਹ ਬੇहद ਖੁਸ਼ ਨਜ਼ਰ ਆ ਰਿਹਾ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਇਸ ਗੱਲ ਤੇ ਉੱਤੇ ਉਸ ਨੂੰ ਵਧਾਈ ਦਿੰਦੇ ਨੇ ਤੇ ਉਹ ਹੁਣ ਕਹਿੰਦਾ ਕਿ ਮੇਰਾ ਪੁਰਾਣੀ ਜਿਸ ਕੁੜੀ ਦੇ ਨਾਲ ਉਹਨਾਂ ਦਾ ਪਹਿਲਾ ਵਿਆਹ ਹੋਇਆ ਸੀ ਉਸ ਦੇ ਨਾਲ ਕੋਈ ਵੀ ਰਾਬਤਾ ਨਹੀਂ ਹੈ ਤੇ ਜੋ ਵੀ ਕਲੇਸ਼ ਉਸ ਸਮੇਂ ਹੋਇਆ ਸੀ ਉਹ ਹੁਣ ਖਤਮ ਹੋ ਚੁੱਕਿਆ ਤਾਂ ਗੱਲ ਜਿਹੜੀ ਹੈ ਕੁੜੀ ਵਾਲੇ ਦੇ ਵੱਲੋਂ ਸ਼ੁਰੂ ਹੁੰਦੀ ਹੈ ਜਦੋਂ ਲਾੜੀ ਕਹਿੰਦੀ ਹੈ ਕਿ ਮੈਂ ਇਸ ਗੱਡੀ ਦੇ ਵਿੱਚ ਨਹੀਂ ਜਾਣਾ ਕਿਉਂਕਿ ਗੱਡੀ ਦੇ ਵਿੱਚ ਉਹ ਸ਼ਰਾਬ ਦੀ ਬਦਬੂ ਆ ਰਹੀ ਹੈ ਜਿਸ ਤੋਂ ਬਾਅਦ ਕੁੜੀ ਆਪਣਾ ਹੱਥ ਮੁੰਡੇ ਤੋਂ ਛੁਡਵਾਉਂਦੀ ਹੈ ਤੇ ਉਸ ਤੋਂ ਬਾਅਦ ਕਲੇਸ਼ ਸ਼ੁਰੂ ਹੁੰਦਾ ਹੈ ਉਸ ਦੀ ਮਾਦਾ ਬੀਪੀ ਡਾਊਨ ਹੁੰਦਾ ਹੈ ਤੇ ਉਹ ਵਿਆਹ ਤੋਂ ਹੀ ਮੁੰਡਾ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਪਹੁੰਚਦਾ ਹੈ ਇਸ ਤੋਂ ਬਾਅਦ ਉਸ ਜੋ ਪਿੱਛੇ ਲੜੀ ਹੁੰਦੀ ਹੈ ਉਸ ਦੇ ਵੱਲੋਂ ਪੁਲਿਸ ਸਟੇਸ਼ਨ ਜਾਇਆ ਜਾਂਦਾ ਉਸ ਦੇ ਪਰਿਵਾਰਕ ਮੈਂਬਰ ਪੁਲਿਸ ਸਟੇਸ਼ਨ ਪਹੁੰਚਦੇ ਨੇ ਤੇ ਕਿਹਾ ਜਾਂਦਾ ਕਿ ਮੈਂ ਇਸ ਵਿਆਹ ਦੇ ਵਿੱਚ ਨਹੀਂ ਰਹਿਣਾ ਜਿਸ ਤੋਂ ਬਾਅਦ ਕੁੜੀ ਵਾਲੇ ਦੇ ਵੱਲੋਂ 3 ਲੱਖ ਦੀ ਮੰਗ ਕੀਤੀ ਜਾਂਦੀ ਹੈ ਤੇ ਪੁਲਿਸ ਸਟੇਸ਼ਨ ਦੇ ਵਿੱਚ 1 ਲੱਖ ਰੁਪਏ ਦੇ ਵਿੱਚ ਇਹ ਗੱਲ ਫਾਈਨਲ ਹੁੰਦੀ ਹੈ ਵਿਆਹ ਖਾਰਜ ਕੀਤਾ ਜਾਂਦਾ ਹੈ ਹੁਣ 2 ਦਿਨਾਂ ਬਾਅਦ ਹੀ ਮੁੰਡੇ ਦਾ ਨਵੀਂ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਵੀ ਖੁਸ਼ ਨੇ ਜਦੋਂ ਲਾੜੇ ਤੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਜੋ ਦੂਜਾ ਵਿਆਹ ਹੋਇਆ ਉਹ ਵੀ ਅਰੇਂਜ ਹੀ ਜਿਹੜਾ ਹੋਇਆ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਕਰਵਾਇਆ ਗਿਆ ਹੈ ਇਹ ਵਿਆਹ ਤੇ ਕਿਸੇ ਨੂੰ ਵੀ ਇਸ ਵਿਆਹ ਤੋਂ ਬਿਲਕੁਲ ਇਤਰਾਜ਼ ਨਹੀਂ ਸੀ ਨਾ ਹੀ ਕੁੜੀ ਵਾਲੇ ਵਾਲੇ ਵੱਲੋਂ ਕੋਈ ਵੀ ਕਿਸੇ ਤਰੀਕੇ ਦਾ ਇਤਰਾਜ਼ ਸੀ ਤੇ ਨਹੀਂ ਮੁੰਡੇ ਵਾਲਿਆਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਇਸ ਵਿਆਹ ਤੇ ਇਤਰਾਜ਼ जताया ਗਿਆ ਸੀ ਤਾਂ ਸਿੰਪਲ ਤੇ ਸੋਬਰ ਢੰਗ ਦੇ ਨਾਲ ਜਿਹੜਾ ਵਿਆਹ ਮੁਕੰਮਲ ਕੀਤਾ ਗਿਆ ਤੇ ਜੇਕਰ ਪਹਿਲੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜੋ ਵੀ ਦਾਜ ਦਹੇ ਜਿਹੜਾ ਕੁੜੀ ਵਾਲੇ ਦੇ ਵੱਲੋਂ ਦਿੱਤਾ ਗਿਆ ਸੀ ਉਹ ਵਾਪਸ ਜਿਹੜਾ ਮੁੰਡੇ ਵਾਲੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸੇ ਸਮੇਂ ਵਾਪਸ ਕਰ ਦਿੱਤਾ ਗਿਆ ਸੀ ਜਦੋਂ ਇਹ ਪੂਰਾ ਮਾਮਲਾ ਥਾਣੇ ਦੇ ਵਿੱਚ ਪਹੁੰਚਦਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਉਸ ਤੋਂ ਬਾਅਦ ਇਹ ਪੂਰਾ ਜਿਹੜਾ ਦਹੇਜ ਹੈ ਪਹਿਲਾ ਕੁੜੀ ਵਾਲੇ ਨੂੰ ਵਾਪਸ ਦੇ ਦਿੱਤਾ ਜਾਂਦਾ ਤੇ ਹੁਣ ਇਸ ਸਮੇਂ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਪਾਸੇ ਉਹ ਵੀਡੀਓ ਹੈ ਜਦੋਂ ਪਹਿਲਾ ਵਿਆਹ ਮੁੰਡੇ ਦਾ ਹੁੰਦਾ ਤੇ ਉਸ ਦੇ ਵਿੱਚ ਕੁੜੀ ਜਿਹੜੀ ਹੈ ਬਹਿਸ ਦੀ ਹੋਈ ਪਰਿਵਾਰਕ ਮੈਂਬਰਾਂ ਦੇ ਨਾਲ ਨਜ਼ਰ ਆਂਦੀ ਹੈ ਉੱਥੇ ਉਹ ਮੁੰਡੇ ਤੋਂ ਆਪਣਾ ਹੱਥ ਛੁਡਵਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਗੱਡੀ ਦੇ ਵਿੱਚ ਨਹੀਂ ਬੈਠਣਾ। ਜਿਸ ਤੋਂ ਬਾਅਦ ਇਹ ਬਖੇੜਾ ਸ਼ੁਰੂ ਹੁੰਦਾ ਹੈ ਤੇ ਦੂਜੇ ਪਾਸੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਮੁੰਡੇ ਦੀ ਨਵੇਂ ਵਿਆਹ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਤੇ ਜਦੋਂ ਗੱਲਬਾਤ ਜਿਹੜੀ ਹੈ ਇਸ ਮੁੰਡੇ ਦੇ ਨਾਲ ਕੀਤੀ ਜਾਂਦੀ ਹੈ ਜਿਸ ਦਾ ਨਾਮ ਜਗਪ੍ਰੀਤ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਂ ਹੁਣ ਇਸ ਵਿਆਹ ਤੋਂ ਖੁਸ਼ ਹਾਂ ਤੇ ਪਹਿਲਾ ਜੋ ਪਰਿਵਾਰਕ ਮੈਂਬਰ ਜਿਸ ਦੇ ਨਾਲ ਵਿਆਹ ਹੋਇਆ ਸੀ ਉਸ ਦੇ ਨਾਲ ਕਿਸੇ ਵੀ ਤਰੀਕੇ ਦੀ ਹੁਣ ਕੋਈ ਵੀ ਬਹਿਸ ਬਸਾਈ ਜਾਂ ਫਿਰ ਕੋਈ ਵੀ ਕਲੇਸ਼ ਹੁਣ ਨਹੀਂ ਰਿਹਾ ਸਾਡੇ ਚ ਸਮਝੌਤਾ ਹੋ ਚੁੱਕਿਆ ਤੇ ਸਮਝੌਤੇ ਦੇ ਤਹਿਤ ਹੀ ਜਿਹੜਾ ਪਹਿਲੀ ਕੁੜੀ ਵਾਲਿਆਂ ਨੂੰ ਜਿਹੜਾ 1 ਲੱਖ ਰੁਪਏ ਦਿੱਤਾ ਗਿਆ ਸੀ ਤਾਂ ਹੀ ਕਰਕੇ ਉਹ ਵਿਆਹ ਜਿਹੜਾ ਖਾਰਜ ਕੀਤਾ ਗਿਆ ਅਗਲੇ ਹੀ 2 ਦਿਨਾਂ ਦੇ ਵਿੱਚ ਨਵਾਂ ਵਿਆਹ ਇਸ ਮੁੰਡੇ ਦੇ ਵੱਲੋਂ ਕਰਵਾਇਆ ਜਾਂਦਾ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਇਸ ਉੱਤੇ ਇਤਰਾਜ਼ ਨਹੀਂ ਹੈ ਤੇ ਜੋ ਕੁੜੀ ਤੁਸੀਂ ਵੇਖ ਰਹੇ ਹੋ ਜਿਸ ਦੇ ਨਾਲ ਮੁੰਡੇ ਦਾ ਨਵਾਂ ਵਿਆਹ ਹੋਇਆ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਭਰਾ ਦੀ ਹੀ ਸਾਲੀ ਹੈ ਤੇ ਉਸ ਦੇ ਨਾਲ ਹੀ ਇਸ ਦਾ ਵਿਆਹ ਕਰਵਾਇਆ ਗਿਆ ਤੇ ਕੁੜੀ ਨੂੰ ਜਦੋਂ ਇਸ ਵਿਆਹ ਦੇ ਲਈ ਪੁੱਛਿਆ ਗਿਆ ਤਾਂ ਉਸ ਬਿੱਲੋ ਵੀ ਮਨਾਹੀ ਨਹੀਂ ਕੀਤੀ ਗਈ ਤੇ ਉਹ ਵੀ ਕੁੜੀ ਖੁਸ਼ੀ-ਖੁਸ਼ੀ ਰਾਜੀ ਹੋ ਜਾਂਦੀ ਹੈ ਤੇ ਤਸਵੀਰਾਂ ਦੋ ਵੱਖ-ਵੱਖ ਵਿਆਹ ਦੀਆਂ ਤੁਹਾਨੂੰ ਵਿਖਾ ਰਿਹਾ ਇੱਕ ਉਹ ਵਿਆਹ ਦੀ ਵੀਡੀਓ ਵਿਖਾ ਰਿਹਾ ਜਿਸ ਦੇ ਵਿੱਚ ਕੁੜੀ ਮਨਾ ਕਰਦੀ ਹੋਈ ਨਜ਼ਰ ਆਉਂਦੀ ਹੈ ਇਹ ਪਹਿਲੇ ਵਿਆਹ ਦੀ ਵੀਡੀਓ ਹੈ ਤੇ ਦੂਜੀ ਵੀਡੀਓ ਜਿਸ ਦੇ ਵਿੱਚ ਦੂਜੀ ਕੁੜੀ ਸ਼ੀ ਖੁਸ਼ੀ ਰਾਜੀ ਹੋ ਜਾਂਦੀ ਹੈ ਤੇ ਹੱਥ ਫੜ ਕੇ ਲਾੜੇ ਦਾ ਆਪਣੇ ਘਰ ਨੂੰ ਰਵਾਨਾ ਹੁੰਦੀ ਹੈ